ਮੌੜ ਮੰਡੀ ਵਿੱਚ ਕਾਂਗਰਸ ਉਮੀਦਵਾਰ ਹਰਮਿੰਦਰ ਜੱਸੀ ਦੀ ਚੋਣ ਸਭਾ ਦੌਰਾਨ ਹੋਏ ਬੰਬ ਧਮਾਕੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਮ੍ਰਿਤਕਾਂ ਵਿੱਚ 6 ਬੱਚੇ ਸ਼ਾਮਲ ਹਨ ਜਦੋਂ ਕਿ ਕਈ ਜ਼ਖਮੀਆਂ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਇਸ ਧਮਾਕੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਲਗਾਤਾਰ ਜਾਂਚ ਕਰ ਰਹੀਆਂ ਹਨ ਮੌੜ ਮੰਡੀ ਵਿੱਚ ਹੋਏ ਭਿਆਨਕ ਧਮਾਕੇ ਵਿੱਚ ਕੱਲ੍ਹ ਮੌਕੇ ਉੱਤੇ 3 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ 15 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ ਜ਼ਖਮੀਆਂ ਵਿੱਚ ਜ਼ਿਆਦਾ ਬੱਚੇ ਦੱਸੇ ਜਾ ਰਹੇ ਹਨ ਇਸ ਤੋਂ ਬਾਅਦ ਇੱਕ ਹੋਰ ਮੌਤ ਅਤੇ ਅੱਜ ਸਵੇਰ ਤੱਕ 3 ਬੱਚਿਆਂ ਸਮੇਤ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ ਇਸ ਤੋਂ ਬਾਅਦ ਅੱਜ ਲੁਧਿਆਣਾ ਦੇ DMC ਵਿੱਚ ਇਲਾਜ ਅਧੀਨ 3 ਹੋਰ ਬੱਚਿਆਂ ਜਿਨ੍ਹਾਂ ਵਿੱਚ 14 ਸਾਲਾ ਹਰਸਿਮਰਨ ਸਿੰਘ 13 ਸਾਲਾ ਸੌਰਵ ਸਿੰਗਲਾ ਅਤੇ 10 ਸਾਲਾ ਰਿਪਨਦੀਪ ਸਿੰਘ ਜੀ ਨੇ ਵੀ ਦਮ ਤੋੜ ਦਿੱਤਾ ਹੈ ਜਾਣਕਾਰੀ ਮੁਤਾਬਕ ਮੌੜ ਮੰਡੀ ਦੇ ਧਮਾਕੇ ਵਿੱਚ ਜ਼ਖਮੀ ਹੋਣ ਵਾਲਿਆਂ ਵਿੱਚ 3 ਲੋਕ ਲੁਧਿਆਣਾ ਦੇ DMC ਵਿੱਚ ਇਲਾਜ ਅਧੀਨ ਹਨ ਇਹਨਾਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ ਜਦੋਂ ਕਿ ਕਈ ਜ਼ਖਮੀ ਸਥਾਨਕ ਹਸਪਤਾਲਾਂ ਵਿੱਚ ਦਾਖਲ ਹਨ ਇਹ 3 ਬੱਚੇ ਗਏ ਲਾਏ ਗਏ ਥੇ ਰਾਤ ਕੋ एक जो था वो 14 साल का था जब सिमरन जो कि ब्रॉड डेड था उसके बाद एक लड़का था रिपनदीप जो कि सिर्फ 10 साल का था वो कैजुअलिटी में आते ही वो एक्सपायर हो गया और जो तीसरा लड़का है सौरभ सिंगला वो 13 साल का था और वो आज सुबह एक्सपायर हुआ है सर उनकी बॉडी को कहाँ भेज दिया गया अभी उनको बठिंडा भेज दिया गया है